हां जी सशीकाल जी कटा मेरे ਭੈਣ ਭਰਾ ਸਾਰੇ ਕੈਂਡਿਓ ਆਈ ਹੋਪ ਕਿ ਤੁਸੀਂ ਸਾਰੇ ਕੈਂਡਿਓ ਹੋਵੋਗੇ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਉਹਨਾ ਭੈਣ ਭਰਾਵਾਂ ਲਈ ਲੈ ਕੇ ਆਏ ਆ ਜਿਹੜੇ ਕਿ ਪੁਰਤਕਾਲ ਆਉਣ ਦੇ ਚੱਕਰ ਦੇ ਵਿੱਚ ਡਬਲ ਮਾਈਂਡਡ ਹੋਏ ਪਏ ਨੇ ਜਿਨ੍ਹਾਂ ਨੂੰ ਲੱਗਦਾ ਕਿ ਪੁਰਤਕਾਲ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਕੰਮ ਮਿਲ ਜੂਗਾ ਕੀ ਸਾ ਕਿਤਾਬਾਂ ਪੇਪਰ ਮਿਲ ਜਾਣਗੇ ਕਦੋਂ ਤੱਕ ਮਿਲਣਗੇ ਕਿਵੇਂ ਮਿਲਣਗੇ ਸੋ ਇਸੇ ਟੌਪਿਕ ਦੇ ਉੱਤੇ ਆਪਾਂ ਵੀਡੀਓ ਅੱਜ ਲੈ ਕੇ ਆਏ ਆ ਸੋ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ YouTube ਵਾਲਾ ਤੇ ਵੀਡੀਓ ਨੂੰ ਫੁੱਲ ਜਰੂਰ ਦੇਖਿਓ ਤੇ ਜਿਹੜੇ ਵੀ ਆਪਣੇ ਨਵੇਂ ਭੈਣ ਭਰਾ ਹੈਗੇ ਆ ਤੇ ਉਹਨਾਂ ਨੂੰ ਜਿਹੜੀ ਕਿ ਜਾਣਕਾਰੀ ਮਿਲ ਸਕੇ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਤੇ ਵੀਡੀਓ ਨੂੰ ਕਰਦੇ ਆ ਸਟਾਰਟ ਜਿੱਦਾਂ ਕਿ ਯਾਰਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜ਼ਿਆਦਾਤਰ ਜਿਹੜਾ ਕਿ ਪੁਰਤਕਾਲ ਹੈ ਉਹ ਪੇਪਰਾਂ ਕਰਕੇ ਜ਼ਿਆਦਾ ਮਸ਼ਹੂਰ ਹੋਇਆ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇੱਥੇ ਦੋਵਾਂ ਕਸਾਲਾਂ ਦੇ ਵਿੱਚ ਵਿੱਚ ਜਿਹੜਾ ਕਿ ਬੰਦੇ ਨੂੰ ਪੇਪਰ ਮਿਲ ਜਾਂਦੇ ਆ ਠੀਕ ਹੈ ਜਿਹੜਾ ਵੀ ਭਾਵੇਂ ਨਾਮ ਆਵੇ ਭਾਵੇਂ ਕਿਸ ਕੋ ਵੀਜ਼ਾ ਹੈਗਾ ਚਾਹੀ ਨਹੀਂ ਹੈਗਾ ਸਰ ساری ਕਾਰਵਾਈ ਪਾ ਕੇ ਜਿਹੜਾ ਇੱਥੇ ਜਿਹੜੇ ਕਿ ਪੇਪਰ ਮਿਲ ਜਾਂਦੇ ਆ ਹੁਣ ਆਪਾਂ ਗੱਲ ਕਰ ਲੈਣੇ ਆ ਜਿਹੜੇ ਵੀਰ ਨਵੇਂ ਆਉਣ ਵਾਲੇ ਆ ਦੇਖੋ ਕਈ ਵੀਰਾਂ ਨੂੰ ਆਪਾਂ ਨੂੰ ਇਹ ਲੱਗਦਾ ਮੈਨੂੰ ਆਪਾਂ ਨੂੰ ਮੈਸੇਜ ਵੀ ਆਉਂਦੇ ਆ ਨਾ ਨਵੇਂ ਭਰਾਵਾਂ ਦੇ ਭੈਣ ਭਰਾਵਾਂ ਦੇ ਕਿ ਵੀਰ ਜੀ ਕਿ ਜਿੱਦਾਂ ਕਿ ਸਾਨੂੰ ਅਹੀਂ ਜੇ ਪੁਰਤਕਾਲ ਦੇ ਵਿੱਚ ਆਈਏ ਕਿ ਸਾਡੇ ਜਿਹੜੇ ਕਿ ਸਾਨੂੰ ਕੰਮਕਾਰ ਮਿਲ ਜੂਗਾ ਸਾਨੂੰ ਕਿੱਦਾਂ ਮਿਲ ਜੂਗਾ ਕਿੱਦਾਂ ਨਹੀਂ ਮੈਂ ਤੁਹਾਨੂੰ ਸਾਰਿਆਂ ਵੀਰਾਂ ਨੂੰ ਇਹੀ ਇੱਕ ਪਹਿਲਾਂ ਬੈ ਤੁਹਾਨੂੰ ਬੇਨਤੀ ਕਰਦਾ ਜੇ ਤੁਸੀਂ ਪੁਰਤਕਾਲ ਦੇ ਵਿੱਚ ਆ ਰਹੇ ਹੋ ਇੱਥੇ ਤੁਸੀਂ ਆਪਣੇ ਭੈਣ ਭਰਾ ਦੇ ਨਾਲ ਕੋਈ ਨਾ ਕੋਈ ਵਾਕ ਵੀ ਕੱਢ ਕੇ ਜਰੂਰ ਆਓ ਕਿਉਂਕਿ ਜੇ ਤੁਹਾਡਾ ਕੋਈ ਭੈਣ ਭਰਾ ਹੈਗਾ ਆ ਇੱਥੇ ਤੁਹਾਨੂੰ ਰਿਹਾਇਸ਼ ਦਿਵਾ ਦੂਗਾ ਜਦੋਂ ਤੁਹਾਨੂੰ ਰਿਹਾਇਸ਼ ਮਿਲ ਗਈ ਆਪਣੇ ਆਪ ਤੁਸੀਂ ਆਪਣੇ ਪੈਰਾਂ ਤੇ ਸਟੈਂਡ ਹੋਣਾ ਜਿਹੜਾ ਕਿ ਸ਼ੁਰੂ ਹੋ ਜਾਣਾ ਹੈ ਜਦੋਂ ਵੀ ਤੁਸੀਂ ਕਿਸੇ ਕੰਟਰੀ ਦੇ ਵਿੱਚ ਨਵੇਂ ਨਵੇਂ ਜਾਂਦੇ ਹੋ ਘਟੂ ਘਟ ਸਾਲ ਡੇਢ ਸਾਲ ਜਿਹੜਾ ਕਿ ਲੱਗ ਜਾਂਦਾ ਹੈ ਚਾਹੇ ਵਧੀਆ ਕੰਟਰੀ 'ਚ ਚਲੀ ਜਾਓ ਚਾਹੇ ਮਾੜੀ ਕੰਟਰੀ 'ਚ ਵੀ ਜੇ ਚਲੇ ਜਾਓ ਠੀਕ ਹੈ ਜੀ ਹਰ ਇੱਕ ਕੰਟਰੀ ਦੇ ਵਿੱਚ ਤੁਹਾਨੂੰ ਪੈਰ ਲਾਉਂਦੇ ਲਾਉਂਦੇ ਸਾਲ ਡੇਢ ਸਾਲ ਜਿਹੜਾ ਕਿ ਲੱਗ ਹੀ ਜਾਂਦਾ ਨੋਰਮਲੀ ਬਾਕੀ ਆਪਣੇ ਵੀਰ ਕਈ ਗੱਲ ਕਰਦੇ ਆ ਇੱਥੇ ਭਾਜੀ ਕਮਾਈ ਕਿੰਦਾ ਆ ਜੇ ਅਸੀਂ ਆਗੇ ਕੰਮਕਾਰ ਮਿਲੂਗਾ ਜਾਂ ਨਹੀਂ ਮਿਲੂਗਾ ਮੈਂ ਤੁਹਾਨੂੰ ਪਿੱਛੇ ਜੇ ਦੱਸ ਕੇ ਟਿਆਂ ਕਿ ਵਾਕ ਵੀ ਜਿੰਨੀ ਵੀ ਹੋਊਗੀ ਉਨੀ ਥੋੜੀ ਯੂਰਪ ਦੇ ਵਿੱਚ ਠੀਕ ਹੈ ਜੀ ਕਿਉਂਕਿ ਕੰਮਕਾਰ ਤੁਹਾਨੂੰ ਵੀਰ ਮੇਰੇ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਨਾ ਨਵਾਂ ਬੰਦਾ ਹੁੰਦਾ ਆ ਇੱਕ ਤਾਂ ਆਪਣੇ ਕੋਈ ਸਕਿੱਲ ਨਹੀਂ ਹੁੰਦਾ ਕੋਈ ਕੁਝ ਨਹੀਂ ਆਪਾਂ ਸਿੱਖ ਕੇ ਕੋਈ ਕੁਸ਼ਣ ਨਹੀਂ ਹੁੰਦੇ ਜਿਹੜਾ ਕੋਈ ਆਪਣਾ ਹੁਣ ਲੇਬਰ ਜੋਬ ਚਾਰਿਆ ਆ ਜ਼ੀਰੋ ਜੋਬ ਤੇ ਆ ਰਿਹਾ ਹਨ ਸੋ ਉਹਨੂੰ ਥੋੜੀ ਜੀ ਦਿੱਕਤ ਆਉਂਦੀ ਆ ਇਪਾਂ ਵੀ ਕਿਸੇ ਵੀ ਵੱਡੀ ਤੋਂ ਵੱਡੀ ਅਮਰੀਕਾ ਚਲੇ ਜਾਓ ਕੈਨੇਡਾ ਚਲੇ ਜਾਓ ਟਾਈਮ ਤੁਹਾਨੂੰ ਮਹੀਨਾ ਦੋ ਮਹੀਨੇ ਜਿਹੜੀ ਕਿ ਜੋਬ ਲੱਭਦੇ ਲੱਭਦੇ ਲੱਗ ਹੀ ਜਾਂਦੀ ਆ ਸਹੀ ਹੈ ਨਾ ਤੇ ਉਹਨੇ ਟਾਈਮ ਦੇ ਵਿੱਚ ਆਪਣੇ ਤੁਸੀਂ ਜਿਹੜੇ ਕਿ ਪੇਪਰ ਬਣਾਉਣ ਵਾਲੇ ਹੁੰਦੇ ਆ ਉਹ ਕੰਪਲੀਟ ਕਰਵਾ ਲਿਆ ਕਰੋ ਹਨ ਤੇ ਜੀ ਗੱਲ ਕਰੀ ਆਪਾਂ ਇੱਥੇ ਕੰਮਕਾਰ ਦੀ ਕੰਮਕਾਰ ਸਾਰੇ ਤਰ੍ਹਾਂ ਦੇ ਹੈਗੇ ਆ ਹਰ ਇੱਕ ਤਰ੍ਹਾਂ ਦੇ ਹੈਗੇ ਆ ਬੰਦਾ ਕਰਨ ਵਾਲਾ ਚਾਹੀਦਾ ਮੇਨ ਕੰਮ ਜਿੱਦਾਂ ਕਿ ਮੰਨ ਲਓ ਤੁਸੀਂ ਡਰਾਈਵਿੰਗ 'ਚ ਜਾਂ ਕੁਛ ਤੁਸੀਂ ਟੀਵੀਡੀ ਕਰਨੀ ਜਾਂ ਉੱਪਰ ਰੀਡ ਕਰਨੀ ਜਾਂ ਕਿਸੇ ਹੋਰ ਕੰਮ ਦੇ ਵਿੱਚ ਜਾਣਾ ਹਨ ਜਿਆਦਾਤਰ ਉੱਥੇ ਰੈਜੀਡੈਂਸੀਆਂ ਲੱਗਦੀਆਂ ਤਾਂ ਲਾਇਸੈਂਸ ਲੱਗਦਾ ਹੈ ਆਪਣਾ ਹਨ ਜਿਹੜਾ ਡਰਾਈਵਿੰਗ ਲਾਈਨ ਦੇ ਵਿੱਚ ਚਲਾ ਲੋ ਜਾਂ ਕਿਸੇ ਫੈਕਟਰੀ ਦੇ ਵਿੱਚ ਚਲਾ ਲੋ ਚਿੱਤੇ ਵੀ ਜਿੱਥੇ ਜਿਆਦਾਤਰ ਪੁਰਤਕੀਸ਼ੀ ਕੰਮ ਕਰਦੇ ਉਹ ਤੁਹਾਡੇ ਕੋਲੋਂ ਰੈਜੀਡੈਂਸੀ ਕਾਰਡ ਮੰਗਦੇ ਆ ਕਿ ਤੁਸੀਂ ਪੱਕੇ ਹੋ ਜਾਂ ਨਹੀਂ ਹੋ ਹਨ ਉਹ ਆਪਣਾ ਕਾਰਡ ਜਿਹੜਾ ਕਿ ਲੱਗਦਾ ਹੈ ਬਾਕੀ ਜਿੱਦਾਂ ਨਾਰਮਲ ਹੀ ਆਪਣੀਆਂ ਜੋਬ ਮਿਲ ਜਾਂਦੀਆਂ ਆ ਵਿਦਾਊਟ ਕਾਰਡ ਤੋਂ ਵੀ ਮਿਲ ਜਾਂਦੀਆਂ ਪਰ ਵਾਕਈ ਦੇ ਹਿਸਾਬ ਨਾਲ ਹੁਣ ਆਪਣੇ ਭੈਣ ਭਰਾ ਕਈ ਕੀ ਕਰਦੇ ਆ ਆਉਂਦੇ ਆ ਉਹ ਵੀ ਕੀ ਕਰਦੇ ਇੱਕੋ ਹੀ ਬੰਦੇ ਤੇ ਡਿਪੈਂਡ ਰਹਿੰਦੇ ਆ ਸਹੀ ਹੈ ਨਾ ਆਪ ਖੁਦ ਕੋਸ਼ਿਸ਼ ਨਹੀਂ ਕਰਦੇ ਕਿ ਇਹ ਲਵਾਊਗਾ ਜਾਂ ਨਹੀਂ ਲੱਗੂਗਾ ਹਨ ਤੇ ਉੱਥੇ ਆਪਣੇ ਘਰਦਿਆਂ ਨੂੰ ਵੀ ਪਿੱਛੇ ਤੰਗ ਕਰੀ ਜਾਂਦੇ ਕੰਮ ਨਹੀਂ ਮਿਲਦਾ ਮਿਲ ਜਾਂਦਾ ਆ ਪਰ ਹੌਲੀ-ਹੌਲੀ ਤੁਹਾਨੂੰ ਪਤਾ ਹੀ ਆ ਕਿ ਜ਼ਿਆਦਾਤਰ ਪੁਰਤਕਾਲ ਦੇ ਵਿੱਚ ਲੋਕ ਆਪਣੇ ਭੈਣ ਭਰਾਉਂਦੇ ਪੇਪਰਾਂ ਕਰਕੇ ਇੱਥੇ ਆ ਪੇਪਰ ਕਿਉਂਕਿ ਪੇਪਰ ਜਿਹੜੀ ਕਿ ਦੋਆਂਕ ਸਾਲਾਂ ਦੇ ਵਿੱਚ ਮਿਲ ਜਾਂਦੀ ਹੈ ਤੁਹਾਡਾ ਇੰਡੀਆ ਆਉਣ ਜਾਣ ਬਣ ਜਾਂਦਾ ਹੈ ਪੈਸੇ ਦੀ ਜੇ ਗੱਲ ਕਰੀਏ ਕਿ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਵੀ ਕਹੋਗੇ ਤੇ 35 ਤੋਂ 40000 ਜਿਹੜਾ ਕਿ ਤੁਸੀਂ ਕਮਾ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਹੈ 750 ਜਿਹੜੀ ਕਿ ਸਟਾਰਟਿੰਗ ਜਿਹੜੀ ਕਿ ਤਨਖਾਹ ਆ ਠੀਕ ਹੈ ਬਾਕੀ ਤੁਹਾਡੇ ਮਾਲਕ ਦੇ ਡਿਪੈਂਡ ਕਰਦਾ ਕੀ ਤੁਹਾਨੂੰ ਰੋਟੀ ਪਾਣੀ ਦਿੰਦਾ ਕੀ ਕਿਸ ਹਿਸਾਬ ਨਾਲ ਤੁਸੀਂ ਕੰਮ ਕਰਦੇ ਹੋ ਕਿਦਾਂ ਨਹੀਂ ਕਰਦੇ ਹੋ ਨੰਬਰ 2 ਦੇ ਉੱਤੇ ਅਗਲੇ ਸਾਲ ਜਨਵਰੀ ਦੇ ਵਿੱਚ ਫੇਰ ਸ਼ਾਇਦ ਪੈਸੇ ਵਧਣ ਹਨਾ ਸੈਲਰੀ ਫਿਰ ਵਧੇ ਬਾਕੀ ਪੈਸੇ ਦੇ ਮਾਮਲੇ 'ਚ ਮੈਂ ਤੁਹਾਨੂੰ ਕਹੂੰਗਾ ਹਾਂ ਵੀ ਠੀਕ ਆ ਥੋੜਾ ਕਿ ਚਲੋ ਬਾਕੀਆ ਕੰਟਰੀਆਂ ਨਾਲੋਂ ਯੂਰਪ ਦੀਆਂ ਨਾਲੋਂ ਜਰਮਨ ਨਾਲੋਂ ਫਰਾਂਸ ਨਾਲੋਂ ਉਹਨਾਂ ਨਾਲੋਂ ਪੈਸੇ ਬਹੁਤ ਕੀ ਘਾਟੀ ਆ ਹਨ ਬਾਕੀ ਜਿਨ੍ਹਾਂ ਤੇ ਬਣਦੇ ਆ ਉਹ ਬਣਾਉਂਦੇ ਵੀ ਪਏ ਆ ਠੀਕ ਆ ਜਿਹੜੇ ਵੀਰ ਆਪਣੇ ਪ੍ਰਾਣੇ ਹੋ ਜਾਂਦੇ ਆ ਥੋੜੀ ਬਹੁਤੀ ਲੈਂਗੁਏਜ ਆ ਜਾਂਦੀ ਆ ਹਨ ਹੌਲੀ 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 ਕਰਦੇ ਆਪਣੇ ਪੈਰ ਜਿਹੜੇ ਘੱਲਾ ਲੈਂਦੀ ਆ ਆਪਾਂ ਵੀ ਜਿਹੜੀ ਸੀਗੀ ਆਪਾਂ ਵੀ ਤੇ ਤੁਹਾਨੂੰ ਪਤਾ ਹੀ ਆਪਾਂ ਜਿਵੇਂ ਆਪਣੇ ਟਾਈਮ ਤੇ ਆਈ ਸੀਗੀ ਆਪਾਂ ਫ੍ਰੀ ਕੰਮ ਕੀਤਾ ਸੀਗਾ ਸਾਲ-ਸਾਲ ਹਨਾ ਰੈਸਟੋਰੈਂਟਾਂ ਦੇ ਵਿੱਚ ਕੋਈ ਸਿਰਫ ਰੋਟੀ ਪਾਣੀ ਤੇ ਕੰਮ ਕੀਤਾ ਸੀਗਾ ਇਦਾਂ ਦਾ ਵੀ ਸਾਹ ਕਿਤਾਬ ਹੈਗਾ ਸੀਗਾ ਤੋਂ ਪਰ ਹੁਣ ਇਹ ਆ ਕਿ ਚਲੋ ਆਪਣੇ ਭੈਣ ਭਰਾਵਾਂ ਨੂੰ ਨੌਲੇਜ ਹੈਗੀ ਆਪਣੇ ਵੀਰ ਭਰਾ ਦੱਸਦੇ ਰਹਿੰਦੇ ਇੱਕ ਦੂਜੇ ਨੂੰ ਹਨਾ ਵੀਡੀਓ ਵੀ ਬਹੁਤ ਸੋਹਣੀਆਂ ਵੀਰ ਆਪਣੇ ਪਾਉਂਦੇ ਆ ਜਿਹੜੀ ਕਿ ਨੌਲੇਜ ਮਿਲਦੀ ਰਹਿੰਦੀ ਹੈ ਸੋ ਖੇਤੀਬਾੜੀ ਚ ਵੀ ਕੰਮ ਹੈਗਾ ਆ ਕੰਮ ਜਾ ਸਾਰੇ ਹੈਗੇ ਆ ਹਨਾ ਪਰ ਕੰਮ ਲੱਭਣੇ ਪੈਂਦੇ ਆ ਜੇ ਕਈ ਆਪਾਂ ਘਰ ਬੈਠਿਆਂ ਕੰਮ ਮਿਲ ਜਵੇ ਤੇ ਫੇਰ ਤਾਂ ਕਿਸੇ ਨੂੰ ਵੀ ਹੈ ਨਹੀਂ ਉਹ ਥਾਂ ਥੋੜੀ ਦਿੱਕਤ ਆਉਂਦੀ ਆ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਵੀ ਲਾ ਲਓ ਆ ਜਾਂਦੀ ਆ ਆਪਣਾ ਜਦੋਂ ਤੁਸੀਂ ਇੰਡੀਆ ਦਾ ਤੁਰਨਾ ਇੰਨਾ ਕੁ ਤੁਸੀਂ ਖਰਚਾ ਆਪਣੇ ਨਾਲ ਹੀ ਲੈ ਕੇ ਤੁਰਿਆ ਕਰੋ ਠੀਕ ਹੈ ਬਾਕੀ ਜੇ ਤੁਸੀਂ ਕਹਿ ਲਓ ਕਿ 20 20 25 25 ਲੱਖ ਰੁਪਇਆ ਤੁਸੀਂ ਜਿੱਦਾਂ ਹੁਣ ਲਾ ਕੇ ਆ ਰਹੇ ਹੋ ਕਿ ਉਹ ਇੱਕਦਮ ਤੁਸੀਂ ਲਾ ਲਓਗੇ ਪੁਰਤਗਾਲ ਦੇ ਵਿੱਚ ਜਿੱਦਾਂ ਮੰਨ ਲਓ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਹੋ ਇਹ ਕੰਮ ਨਹੀਂ ਹੁੰਦਾ ਵੀਰ ਮੇਰੇ ਉਹ ਟਾਈਮ ਲੱਗਦਾ ਆ ਟਾਈਮ ਦੇ ਹਿਸਾਬ ਨਾਲ ਸਾਰਾ ਹੁੰਦਾ ਆ ਦੋ ਸਾਲਾਂ ਦੇ ਵਿੱਚ ਵਿੱਚ ਤੁਹਾਨੂੰ ਪੇਪਰ ਜਿਹੜੇ ਕੀ ਮਿਲ ਜਾਂਦੇ ਆ ਆਉਣ ਜਾਣ ਤੁਹਾਡਾ ਬਣ ਜਾਂਦਾ ਬਾਕੀਆਂ ਕੰਟਰੀਆਂ ਨਾਲੋਂ ਪੇਪਰ ਇੱਥੇ ਥੋੜਾ ਠੀਕ ਆ ਬਣ ਜਾਂਦੇ ਆ ਸਹੀ ਹੈ ਜੀ ਤੇ ਬਾਕੀ ਆਪਣੇ ਵੀਰ ਪੁੱਛਦੇ ਪਏ ਸੀ ਕਿ ਕਈ ਕਿ ਆਪਣੇ ਜੇ ਆਪਾਂ ਮਤਲਬ ਕਿ ਸ਼ੇਨਗਨ ਵੀਜ਼ਾ ਤੇ ਆਈਏ ਕਿ ਵਰਕ ਵੀਜ਼ੇ ਚ ਹੋ ਜਾਊਗਾ ਜਾਂ ਵਰਕ ਵੀਜ਼ੇ ਤੇ ਆਈਏ ਕਿੱਦਾਂ ਆ ਦੇਖੋ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਨਾ ਤੁਸੀਂ ਚਾਹੇ ਸ਼ੇਨਗਨ ਵੀਜ਼ੇ ਤੇ ਆਓ ਚਾਹੇ ਵਿਦਾਊਟ ਵੀਜ਼ੇ ਆਓ ਜਿੱਦਾਂ ਵੀ ਆਓ ਪੁਰਤਗਾਲ ਦੇ ਵਿੱਚ ਤੁਸੀਂ ਇੱਥੇ ਜਿਹੜੇ ਡਾਕੂਮੈਂਟ ਪਹਿਲਾਂ ਬਣਦੇ ਆ ਤੁਹਾਡਾ ਫਾਈਨਾਂਸ ਕਰੋ ਉਹ ਬਣਾ ਕੇ ਤੁਸੀਂ ਕੋਈ ਤੇ ਵੀ ਜਾ ਕੇ ਕੰਮਕਾਰ ਕਰ ਸਕਦੇ ਹੋ ਇੱਥੇ ਕੋਈ ਲੋੜ ਨਹੀਂ ਹੈ ਕਿ ਤੁਹਾਨੂੰ ਜੇ ਤੁਹਾਨੂੰ ਕਹਿੰਦਾ ਵੀ ਆ ਕੋਈ ਕਿ ਤੁਸੀਂ ਵਰਕ ਪਰਮਿਟ ਚ ਕਨਵਰਟ ਕਰਵਾਉਣਾ ਤੁਹਾਡਾ ਵੀਜ਼ਾ ਇੰਨੇ ਪੈਸੇ ਦੇ ਤੂੰ ਜਾ ਉਹ ਕਰਾ ਲਓ ਇਦਾਂ ਦਾ ਕੋਈ ਕੰਮ ਨਹੀਂ ਹੈਗਾ ਠੀਕ ਹੈ ਜੀ ਜੇ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਆਏ ਹੋ ਤੁਸੀਂ ਇੱਥੇ ਆਪਣੇ ਕਿਉਂਕਿ ਇੱਥੇ ਤੇ ਪੇਪਰ ਓਪਨ ਹੈ ਆ ਉਹਦੇ ਚੱਕਰ ਦੇ ਵਿੱਚ ਤੁਹਾਨੂੰ ਕੋਈ ਵੀਜ਼ਾ ਨਹੀਂ ਚੇਂਜ ਕਰਾਉਣ ਦੀ ਲੋੜ ਹੈ ਕਿ ਕੋਈ ਕੋਸ਼ਿਸ਼ ਕਰਾਉਣ ਦੀ ਲੋੜ ਨਹੀਂ ਹੈਗੀ ਸਹੀ ਹੈ ਨਾ ਬਾਕੀ ਕੁਕਿੰਗ ਕਾਕਿੰਗ ਚ ਕਟਿੰਗ ਦੇ ਵਿੱਚ ਹੋਰ ਵੀ ਬੜੇ ਤਰ੍ਹਾਂ ਦੇ ਜਿਹੜੇ ਕਿ ਆਪਣੇ ਕੰਮ ਬਹੁਤ ਨੇ ਇੱਥੇ ਸਹੀ ਆ ਬੰਦਾ ਕਰਨ ਵਾਲਾ ਚਾਹੀਦਾ ਆ ਬਾਕੀ ਲੱਭਣਾ ਤੁਹਾਡੇ ਤੇ ਡਿਪੈਂਡ ਆ ਜਿਹੜੇ ਤੇ ਵੀਰ ਆਪਣੇ ਭੈਣ ਭਰਾ ਥੋੜਾ ਹੱਲਾ ਮਾਰ ਲੈਂਦੇ ਥੋੜੀ ਹੈਗੀ ਆ ਤੇ ਚਲੋ ਉਹਨਾਂ ਨੂੰ ਜਲਦੀ ਲੱਭ ਜਾਂਦਾ ਜਿਹੜੇ ਵੀਰ ਆਪਣੇ ਥੋੜੇ ਮੇਰੀ ਅਗਿ ਢੱਲੇ ਵੀ ਹੁੰਦੀ ਆ ਥੋੜਾ ਟਾਈਮ ਲੱਗ ਹੀ ਜਾਂਦਾ ਆ ਪਰ ਹੱਲਾ ਮਾਰਿਆ ਕਰੋ ਜਦੋਂ ਆਪਾਂ ਆ ਹੀ ਗਏ ਆ ਫੇਰ ਕੰਮ ਕਰਦੇ ਤੁਹਾਨੂੰ ਪਤਾ ਕਰਨੇ ਹੀ ਪੈਣੇ ਆ ਸੋ ਵੀਰ ਮੇਰਾ ਦਿੱਕਤ ਹੁੰਦੀ ਸਾਨੂੰ ਜਦੋਂ ਤੱਕ ਸਾਨੂੰ ਕਾਰਡ ਨਹੀਂ ਮਿਲਦਾ ਹਨਾ ਜਦੋਂ ਸਾਨੂੰ ਕਾਰਡ ਮਿਲ ਜਾਂਦਾ ਫਿਰ ਹੋਰ ਆਪਣੇ ਕੋਲ ਆਪਣੇ ਕੋਲ ਜਿੱਦਾਂ ਮਤਲਬ ਕਿ ਖੁੱਲ ਜਾਂਦੀ ਹੈ ਹਨਾ ਇੱਕ ਇੱਕ ਵੀਰ ਆਪਣੇ ਹੋਰ ਵੀ ਪੁੱਛਦੇ ਸੀ ਕਿ ਆਪਾਂ ਜਿੱਦਾਂ ਕਿ ਪੁਰਤਗਾਲ ਦਾ ਜਿਹੜਾ ਕਾਰਡ ਆ ਉਹਦੇ ਉੱਤੇ ਆਪਾਂ ਯੂਰਪ ਦੇ ਵਿੱਚ ਕਿਤੇ ਵੀ ਕੰਮ ਕਰ ਸਕਦੇ ਆ ਜਰਮਨ ਫਰਾਂਸ ਇਟਲੀ ਕਿਤੇ ਵੀ ਮੈਂ ਤੁਹਾਨੂੰ ਸਿੱਧੀ ਗੱਲ ਫਿਰ ਮੇਰੇ ਫੇਰ ਸਮਝਾ ਦਿੰਦਾ ਆ ਚਾਹੇ ਤੁਸੀਂ ਸਰਚ ਕਰ ਲਿਓ ਚਾਹੇ ਕਿਸੇ ਵੀ ਆਪਣੇ ਭੈਣ ਭਰਾ ਨੂੰ ਪੁੱਛ ਲਿਓ ਜੇ ਤੁਹਾਡੇ ਕੋਲ ਪੁਰਤਗਾਲ ਦਾ ਕਾਰਡ ਹੈਗਾ ਆ ਤੁਸੀਂ ਬਾਰ ਜਰਮਨ ਫਰਾਂਸ ਇਟਲੀ ਇੰਦਾ ਕੰਮ ਨਹੀਂ ਕਰ ਸਕਦੇ ਮੈਨੂੰ ਪਤਾ ਹੈ ਕਿ ਇੰਡੀਆ ਬੈਠੇ ਏਜੰਟ ਤੁਹਾਨੂੰ ਕਹਿ ਦਿੰਦੇ ਆ ਕਿ ਜੇ ਤੁਹਾਨੂੰ ਕਾਰਡ ਆ ਗਿਆ ਉੱਥੇ ਕੰਮ ਕਰ ਲਿਓ ਇੱਥੇ ਚੱਲ ਜਿਓ ਉੱਥੇ ਹਾਂ ਆਪਣੇ ਭੈਣ ਭਰਾ ਕਰਦੇ ਆ ਪਰ ਉਹ ਕਰਦੇ ਆ ਕਿ ਇੰਦਾ ਕਿਉਂਕਿ ਉਹਨਾਂ ਨੂੰ ਭੇਤ ਹੁੰਦਾ ਹੈ ਇੰਦਾ ਆ ਜੇ ਉੱਥੇ ਫੜੇ ਜਾਓ ਆਪਣੇ ਹੁਣ ਭੈਣ ਭਰਾ ਕਈ ਫੜੇ ਵੀ ਗਈ ਹੈ ਹਨ ਚਲੋ ਰੱਬ ਨਾ ਕਰੇ ਕਿ ਕੋਈ ਫੜੇ ਜਾਵੇ ਹਨ ਜੇ ਕੋਈ ਫੜਿਆ ਵੀ ਜਾਵੇ ਕਾਰਡ ਦੇ ਵਿੱਚ ਉੱਥੇ ਉਹ ਸ਼ੇਕ ਕਰ ਦਿੰਦੇ ਜੇ ਤੁਹਾਡੇ ਕੋਲ ਕਾਰਡ ਆ ਠੀਕ ਹੈ ਨਾ ਤੁਹਾਡੇ ਕੋਲ ਕਾਰਡ ਆ ਤੇ ਉੱਥੇ ਉਹਨਾਂ ਨੇ ਸ਼ੇਕ ਕਰ ਦੇਣਾ ਕੀ ਕਰਕੇ ਤੁਹਾਨੂੰ ਸਿੱਧਾ ਇਹ ਪੁਰਤਕਾਲ ਰਿਪੋਰਟ ਕਰ ਦੇਣਾ ਪੁਰਤਕਾਲ ਦੇ ਉੱਤੇ ਤੁਹਾਡਾ ਪ੍ਰੋਸੈਸ ਚੱਲਦਾ ਰਹਿਣਾ ਵਕੀਲਾਂ ਨੇ ਪੈਸੇ ਖਾਂਦੇ ਰਹਿਣਾ ਤੋਂ ਹੋਵੇ ਕਿ ਤੁਹਾਡਾ ਸਾਲਚ ਕਾਰਡ ਮਿਲੇ ਫਿਰ ਦੁਬਾਰਾ ਤੋਂ ਹੋਵੇ ਤੁਹਾਨੂੰ 2 ਸਾਲ ਲੱਗ ਜਾਣ ਹੋਵੇ ਤੁਹਾਨੂੰ ਨਾ ਹੀ ਮਿਲੇ ਠੀਕ ਹੈ ਨਾ ਇਹ ਮੁੜ ਕੇ ਇਹਨਾਂ ਤੇ ਡਿਪੈਂਡ ਹੋ ਜਾਂਦਾ ਆ ਸੋ ਹਾਂ ਜਿਹੜੀਆਂ ਕੰਪਨੀਆਂ ਪੁਰਤਕਾਲ ਦੀਆਂ ਜਰਮਨ ਫਰਾਂਸ ਕਿਤੇ ਵੀ ਹੈਗੀਆਂ ਉਹਨਾਂ ਦੇ ਵਿੱਚ ਤੁਸੀਂ ਨਾਰਮਲੀ ਕੰਮ ਜਿਹੜਾ ਕਿ ਕਰ ਸਕਦੇ ਹੋ ਸਹੀ ਆ ਬਾਕੀ ਜਿੰਨੇ ਵੀ ਆਪਣੇ ਭੈਣ ਭਰਾ ਤੁਹਾਨੂੰ ਕੋਈ ਏਜੰਟ ਕੋਈ ਕੁਝ ਕਹਿੰਦਾ ਆ ਜੁੱਤੀ ਲਾ ਲਓ ਤੇ ਫੇਰੀ ਜਾਇਓ ਜਿੰਨੀ ਫਿਰਦੀ ਉਹਨਾਂ ਨੂੰ ਜਿਹਦਾ ਤਾਂ ਕੁਝ ਕਹਿੰਦਾ ਤੁਹਾਨੂੰ ਸਹੀ ਹੈ ਨਾ ਹਾਂ ਪਾਸਪੋਰਟ ਜਦੋਂ ਤੁਸੀਂ ਲੈ ਲਓ ਪੀਆਰ ਇੱਥੇ ਦੀ ਹੋ ਜੋ ਉਸ ਤੋਂ ਬਾਅਦ ਤੁਸੀਂ ਯੂਰਪ ਦੇ ਵਿੱਚ ਕਿਤੇ ਵੀ ਕੰਮ ਕਰ ਸਕਦੇ ਹੋ ਵੀ ਤਾਂ ਜਾ ਕੇ ਹਨਾ ਬਿਨਾਂ ਚੀਜ਼ੇ ਖੋਏ ਬਾਕੀ ਇਹ ਸੀਗੀ ਆਪਣੀ ਵੀਡੀਓ ਬਾਕੀ ਕੱਲ ਨੂੰ ਵੀ ਆਪਾਂ ਵਰਕ ਪਰਮਿਟ ਤੇ ਇੱਕ ਜ਼ਰੂਰ ਦੱਸਾਂਗੇ ਇੱਕ ਕੰਟਰੀ ਦੱਸੋ ਵੀਰ ਮੇਰੇਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਜੀ